ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਮਾਮਲਾ ਦਰਜ ਹੋਇਆ ਪੰਜਾਬ ਦੀ ਸਿਆਸਤ ਗਰਮਾ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਵੱਡੇ ਬਿਆਨ ਆ ਰਹੇ ਨੇ ਕਿ ਵਿੰਡੇਟਾ ਪੋਲਿਟਿਕਸ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਹੈ ਅੱਜ ਵੱਖ-ਵੱਖ ਟੀਮਾਂ ਲਗਾ ਦਿੱਤੀਆਂ ਗਈਆਂ ਨੇ ਕਿ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਨਾ ਹੈ ਗੱਲਬਾਤ ਕਰਾਂਗੇ ਯੂਥ ਆਗੂ ਜਲੰਧਰ ਦੇ ਤਜਿੰਦਰ ਸਿੰਘ ਨਿੱਜਰ ਮੇਰੇ ਨਾਲ ਨੇ ਨਿੱਜਰ ਸਾਹਿਬ ਬਿਕਰਮ ਸਿੰਘ ਮਜੀਠੀਆ ਕਹਿੰਦੇ ਰਪੋਸ਼ ਹੋ ਗਏ ਵੱਖ-ਵੱਖ ਟੀਮਾਂ ਲੱਗੀਆਂ ਗ੍ਰਿਫਤਾਰੀ ਕਰਨ ਦੇ ਲਈ ਕਿੱਥੇ ਨੇ ਵਿਕਰਮ ਸਿੰਘ ਮਜੀਠੀਆ ਦੇਖੋ ਕੱਲ ਤੋਂ ਆਪਣੇ ਫਲੈਟਾਂ ਚ ਸੀਗੇ ਹੂੰ ਬਾਕੀ ਇਹ ਆ ਵੀ ਇਹ ਆਪ ਅਰੈਸਟ ਵੀ ਨਹੀਂ ਕਰਨਾ ਚਾਹੁੰਦੇ ਇਹ ਸਿਰਫ ਦਿਖਾਵਾ ਕਰ ਰਹੇ ਆ ਜੇ ਇਦਾਂ ਦੀ ਗੱਲ ਹੋਵੇ ਤੇ ਰੈਸਟ ਉਹਨਾਂ ਨੇ ਆਪ ਹੀ ਆ ਜਾਣਾ ਉਹਨਾਂ ਨੇ ਭੱਜਣਾ ਨਹੀਂ ਇਸ ਗੱਲ ਆਪਣੀਆਂ ਬੜੀਆਂ ਟੀਮਾਂ ਲਾਤਦੇ ਆ ਕਹਿੰਦੇ ਛਾਪੇਮਾਰੀ ਕੀਤੀ ਜਾ ਰਹੀ ਹੈ ਰੁਪੋਸ਼ ਹੋ ਗਏ ਨੇ ਵਿਕਰਮ ਸਿੰਘ ਮਜੀਠੀਆ ਦੇਖੋ ਮਜੀਠੀਆ ਸਾਹਿਬ ਪਹਿਲਾਂ ਵੀ ਇੱਥੇ ਆ ਹੁਣ ਵੀ ਉਹਨਾਂ ਨੇ ਇੱਥੇ ਰਹਿਣਾ ਉਹ ਇਹਨਾਂ ਤੋਂ ਭੱਜਣ ਵਾਲੇ ਨਹੀਂ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਵੀ ਇੰਨਾ ਜਿੰਨਾ ਦਬਾਉਣ ਦੀ ਕੋਸ਼ਿਸ਼ ਕਰੋਗੇ ਤੁਸੀਂ ਵੀ ਉਹਨਾਂ ਉੱਪਰ ਕੇ ਤਾਹ ਨੂੰ ਆਵਾਂਗੇ ਤੇ ਨਾਲੇ ਸਾਰੇ ਹੁਣ ਤਾਂ ਜੱਗ ਜਾ ਰਹੇ ਗੱਲਾਂ ਆ ਵੀ ਸਿਰਫ ਇੱਕ ਗੋਗਲਿਆ ਤੋਂ ਮਿੱਟੀ ਝਾੜਨ ਵਾਲਾ ਕੰਮ ਕਰ ਰਿਹਾ ਇਹ ਵੀ ਦਿਖਾਵਾ ਸਿਰਫ ਇਹ 92 ਤੋਂ 97 ਵਾਲੀ ਸਰਕਾਰ ਜਿਵੇਂ ਕਾਂਗਰਸ ਦੀ ਸੀ ਨਾ ਉਦੋਂ ਵੀ ਇਹਨਾਂ ਨੇ ਬੜਾ ਕਾਹਨ ਕੀਤਾ ਸਿੱਖ ਨੌਜਵਾਨ ਸਾਡੇ ਮਾਝੇ ਦੇ ਵਿੱਚ 15 ਸਾਲ ਜਿਹੜੀ ਉੱਥੇ ਕੋਈ ਬਰਾਤ ਨਹੀਂ ਚੜੀ ਸਿਰਫ ਇਹਨਾਂ ਦੀ ਬਦੌਲਤ ਇਹ ਕਾਂਗਰਸੀਆਂ ਦੇ ਇਹਨਾਂ ਨੇ ਮਾਹੌਲ 84 ਤੋਂ ਲੈ ਕੇ 97 ਤੱਕ ਦਾ ਮਾਹੌਲ ਇਹੋ ਜਿਹਾ ਰੱਖਿਆ ਉਹ ਅੱਜ ਫੇਰ ਦੁਹਰਾ ਰਹੇ ਆ ਪਰਚਾ ਪੋਲਿਟਿਕਸ ਦੇ ਵਿੱਚ ਅੱਜ ਦਾ ਨੌਜਵਾਨ ਵਰਗ ਜਿਹੜੀ ਸਾਡੇ ਅੱਜ ਦੀ ਆਮ ਜਨਤਾ ਸਾਡੀ ਇਹ ਪਰਚਿਆਂ ਦੇ ਨਾਲ ਨਹੀਂ ਇਹ ਕੰਮਾਂ ਦੇ ਨਾਲ ਦੇਖ ਕੇ ਆ ਵੀ ਸਰਕਾਰ ਦੇ ਕੰਮ ਕੀ ਹੁੰਦੇ ਆ ਇਹ ਤਾਂ ਸਿਰਫ ਲੋਕਾਂ ਨੂੰ ਉਲਝਾਉਣ ਦੀ ਕੋਸ਼ਿਸ਼ ਆ ਗਾਂਹ ਉੱਤੇ ਸਿਰ ਤੇ ਵੋਟਾਂ ਖੜੀਆਂ ਵੀ ਪਿੱਛੇ ਪੌਣੇ 5 ਸਾਲ ਲੰਘ ਗਏ ਤੁਹਾਡੇ ਉਸ ਦਿਨ ਤੁਹਾਨੂੰ ਵਿਕਰਮ ਸਿੰਘ ਮਜੀਠੀਆ ਦੀ ਯਾਦ ਨਹੀਂ ਆਈ ਉਦੋਂ ਤੁਹਾਨੂੰ ਪਰਚੇ ਨਹੀਂ ਦਿਸੇ ਉਹਨਾਂ ਤਾਂ ਪਹਿਲਾਂ ਵੀ ਚੈਲੰਜ ਕੀਤਾ ਸੀ ਵੀ ਜੇ ਤੁਹਾਡੇ ਕੋਲ ਕੋਈ ਪ੍ਰੂਫ ਹੈ ਤੇ ਕੋਰਟ 'ਚ ਰੱਖੋ ਕਿਉਂਕਿ ਇਹ ਆਲਰੇਡੀ ਕੋਰਟ ਮੈਟਰ ਆ ਪਹਿਲਾਂ ਦਾ ਉਹਨਾਂ ਕਿਹਾ ਸੀ ਵੀ ਤੁਹਾਡੇ ਕੋਲ ਸਬੂਤ ਹੈਗਾ ਤੇ ਕੋਰਟ 'ਚ ਰੱਖੋ ਜੇ ਮੈਂ ਗੁਨਾਹਗਰ ਹਾਂ ਤਾਂ ਮੈਂ ਭੁਗਤੂਗਾ ਐਵੇਂ ਕਿਸੇ ਦੀ ਸ਼ਾਖ ਖਰਾਬ ਕਰਨ ਲਈ ਇਹਨਾਂ ਨੀਮਾ ਨਹੀਂ ਪੱਦਰ ਹੋਣਾ ਚਾਹੀਦਾ ਇਹ ਗਾਂ ਆਪਾਂ ਸਾਰੇ ਪਰਿਵਾਰਾਂ ਵਾਲੇ ਆ ਕਿਸੇ ਤੇ ਤੁਸੀਂ ਕਿੱਦਾਂ ਦਾ ਬਲੇਮ ਲਾ ਦਿੰਨੇ ਆ ਉਹਨਾਂ ਦੇ ਪਰਿਵਾਰ ਤੱਕਰ ਕੀ ਬੀਤਦੀ ਹੋਊਗੀ ਇਸ ਗੱਲ ਦੇ ਨਾਲ ਇੰਨੀ ਗੰਦੀ ਸਿਆਸਤ ਨਹੀਂ ਹੋਣੀ ਚਾਹੀਦੀ ਐਨਡੀਪੀਐਸ ਦੀਆਂ ਜੋ ਧਰਾਵਾਂ ਲਾਈਆਂ ਗਈਆਂ ਨੇ ਲੱਗਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਲਈ ਸਿਆਸੀ ਤੌਰ ਤੇ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਨੇ ਜੋ ਧਰਾਵਾਂ 25 ਲਗਾਈ ਗਈ ਹੈ 27A ਲਗਾਈ ਗਈ ਹੈ 29 ਧਰਾ ਲਗਾਈ ਗਈ ਹੈ ਲੱਗਦਾ ਹੈ ਕਿ ਸਿਆਸੀ ਤੌਰ ਤੇ ਕਿਤਨਾ ਕਿਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ 2017 ਤੋਂ ਸਰਕਾਰ ਚਲੇ ਗਈ ਚਿੱਟਾ ਅੱਜ ਵੀ ਉੱਦੇ ਪੰਜਾਬ ਦੇ ਬੈਕ ਬੈਕ ਚ ਦਾ ਜੇ ਤੁਸੀਂ ਮਜੀਠੀਆ ਸਾਹਿਬ ਨੂੰ ਗੁਨਾਹਗਾਰ ਕਹਿੰਦੇ ਆ ਤਾਂ ਫਿਰ ਅੱਜ ਦਾ ਗੁਨਾਹਗਾਰ ਕੌਣ ਆ ਫੇ ਸੁਖੀ ਰੰਧਾਵਾ ਨਵਜੋਤ ਸਿੰਘ ਸਿੱਧੂ ਚੰਨਜੀਤ ਸਿੰਘ ਚੰਨੀ ਕੈਪਟਨ ਅਮਰਿੰਦਰ ਸਿੰਘ ਫੇ ਸਾਰੇ ਗੁਨਾਹਗਾਰ ਆ ਨਹੀਂ ਗੁਨਾਹਗਾਰ ਹੈਗੇ ਨਹੀਂ ਪਰ ਜਿਹੜਾ ਮੈਂ ਪਿੱਛੇ ਲੈ ਕੇ ਜਾਂਦਾ ਜਿਹੜਾ ਸਕੈਂਡਲ ਚੱਲਿਆ ਸੀਗਾ ਜਦੋਂ ਜਗਦੀਸ਼ ਭੋਲਾ ਸਾਬਕਾ ਡੀਐਸਪੀ ਜਿਨ੍ਹਾਂ ਨੇ ਨਾਮ ਲਿਆ ਸੀ ਬਿਕਰਮ ਸਿੰਘ ਮਜੀਠੀਆ ਦਾ ਉਹ ਮਾਮਲਾ ਤਾਂ ਉਹੀ ਹੈ ਨਾ ਕਹਿੰਦੇ ਉਦੋਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਕਰਕੇ ਕਾਰਵਾਈ ਨਹੀਂ ਹੋਈ ਉਦੋਂ ਆਪੋਜੀਸ਼ਨ ਦੇ ਵਿੱਚ ਸੀ ਕਾਂਗਰਸ ਸਰਕਾਰ ਜਿਨ੍ਹਾਂ ਨੇ ਉਦੋਂ ਕਿਹਾ ਸੀਗਾ ਕਿ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਇਨਸਾਫ ਦਵਾਵਾਂਗੇ ਤੁਸੀਂ ਇਹ ਦੱਸੋ ਵੀ ਜੇ ਮਜੀਠੀਆ ਸਾਹਿਬ ਦਾ ਹੱਥ ਹੁੰਦਾ ਤਾਂ ਭੋਲੇ ਨੂੰ ਫੜ ਕਿਹੜਾ ਲੈਂਦਾ ਇਹੀ ਸਰਕਾਰ ਫੰਡ ਨਾਲੀ ਤੋਂ ਉਸੇ ਸਰਕਾਰ ਦਾ ਮੰਨ ਲਓ ਮੈਂ ਕੋਈ ਗੁਨਾਹਗਾਰ ਆ ਮੈਨੂੰ ਤੁਸੀਂ ਫੜਦੇ ਆ ਤਾਂ ਮੈਂ ਤੁਹਾਡਾ ਹੀ ਨਾਂ ਲੈ ਦਿੰਨਾ ਇਹ ਤਾਂ ਲੋਕਾਂ ਨੂੰ ਵੀ ਦੇਖਣਾ ਪੈਣਾ ਨਾ ਮਜੀਠੀਆ ਸਾਹਿਬ ਹੀ ਭੋਲੇ ਨੂੰ ਫੜਨ ਵਾਲੇ ਤੋਂ ਮਜੀਠੀਆ ਸਾਹਿਬ ਦਾ ਹੀ ਨਾਂ ਲੈ ਦੂ ਇੱਕ ਫਿਲਮ ਦੇਖੀ ਸੀ ਆਪਾਂ ਕੋਈ ਉਹਦੇ ਵਿੱਚ ਉਹ ਕਹਿੰਦਾ ਨਾ ਵੀ ਮੇਰਾ ਸ਼ਾਹਰੂਖ ਖਾਨ ਨਾਲ ਵਪਾਰ ਸੰਜਿਆ ਮੁਤਾਬਿਕ ਨਾਲ ਕੋਈ ਵਿਲਨ ਹੁੰਦਾ ਇਹ ਤਾਂ ਜੋ ਹਿਸਾਬ ਹੋ ਗਿਆ ਵੀ ਜਿਹੜਾ ਬੰਦਾ ਆਪ ਲਿਬੜਿਆ ਹੋਇਆ ਆ ਜੇ ਯਕੀਨ ਕਰਨਾ ਤਾਂ ਤੁਸੀਂ ਭੋਲੇ ਦਾ ਹੀ ਕਰਨਾ ਮੇ ਭੋਲਾ ਕਹਿ ਦੂਗਾ ਭੋਲਾ ਕਾਨੂੰ ਕਿਸੇ ਦਾ ਵੀ ਉੱਠ ਕੇ ਕਹਿ ਦੂਗਾ ਐ ਨਹੀਂ ਹੁੰਦਾ ਇਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਕੀ ਆਇਆ ਇਨਵੈਸਟੀਗੇਸ਼ਨ ਦੇ ਵਿੱਚ ਕਿਤੇ ਵੀ ਮਜੀਠੀਆ ਸਾਹਿਬ ਦਾ ਨਾਮ ਨਹੀਂ ਆਇਆ ਉਹਨੇ ਸਿਰਫ ਮੀਡੀਆ ਦੇ ਸਾਹਮਣੇ ਜਾਂਦੇ ਜਾਂਦੇ ਵਾਈਟ ਦੇ ਦਿੱਤੀ ਬੇ ਇੱਕ ਉਹਨੇ ਕਾਲੀ ਦਲ ਨੂੰ ਬਦਨਾਮ ਕਰਨ ਲਈ ਪਰ ਜਦੋਂ ਉਹਦਾ ਸਾਰਾ ਨਿਚੋੜ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਵੀ ਇਹ ਵੀ ਲੱਗੇ ਰਿਹਾ ਇਸ ਕੇਸ ਦੇ ਦੁਆਲੇ ਜਦੋਂ ਵਿੱਚ ਹੈ ਹੀ ਕੁਝ ਨਹੀਂ ਸੀ ਇਹ ਤਾਂ ਸਿਰਫ ਤੁਹਾਨੂੰ ਦੱਸਿਆ ਵੀ ਇਲੈਕਸ਼ਨ ਦਾ ਕਰਕੇ ਜਿੱਦਣ ਉਹ ਪਾਕ ਸਾਫ ਹੋ ਕੇ ਨਿਕਲਣਗੇ ਇਹ ਦੁਨੀਆ ਨੂੰ ਪਤਾ ਆ ਵੀ ਕਾਂਗਰਸ ਦੀ ਹੋਸ਼ੀ ਰਾਜਨੀਤੀ ਆ ਸ਼ੁਰੂ ਤੋਂ ਵੀ ਪਰਚਾ ਪੋਲਿਟਿਕਸ ਇਹਨਾਂ ਦੀ ਰਹੀ ਆ ਨਾ ਕਦੇ ਵੀ ਭਾਈਚਾਰਾ ਕੰਮ ਨਹੀਂ ਰਹਿਣ ਦਿੱਤਾ ਇਹ ਤਾਂ ਸਿਰਫ ਚਾਹੁੰਦੇ ਆ ਵੀ ਲੋਕੀ ਲੜਦੇ ਰਹਿਣ ਤੇ ਇਹਨਾਂ ਦਾ ਜਿਹੜਾ ਉੱਲੂ ਸਿੱਧਾ ਰਹਿੰਦਾ ਰਵੇ ਤੇ ਸਰਕਾਰ ਬਣਾਉਂਦੇ ਰਹਿਣ ਤੁਸੀਂ ਕਹਿੰਦੇ ਹੋ ਵਿਕਰਮ ਸਿੰਘ ਮਜੀਠੀਆ નિર્ਦੋਸ਼ ਨੇ ਚਲੋ ਤੁਸੀਂ ਪਾਰਟੀ ਵਰਕ ਕਰੋ ਤੁਸੀਂ ਤਾਂ ਕਹਿਣਾ ਹੀ ਆ ਤੁਹਾਡੇ ਲੀਡਰ ਨੇ ਪਰ ਹੁਣ ਸੁਖਜਿੰਦਰ ਸਿੰਘ ਰਧਾਵਾ ਇਹ ਗੱਲ ਕਹਿੰਦੇ ਨੇ ਕਿ ਜੇਕਰ ਅਕਾਲੀ ਦਲ ਜੇਲ੍ਹ ਜਾਲ ਤੋਂ ਡਰਦਾ ਨਹੀਂ ਆ ਤਾਂ ਪੇਸ਼ ਕਰੋ ਵਿਕਰਮ ਸਿੰਘ ਮਜੀਠੀਆ ਨੂੰ ਸਹਿਯੋਗ ਕਰੋ ਜੋ ਜਾਂਚ ਚੱਲ ਰਹੀ ਹੈ ਇਹ ਵੱਡੀ ਗੱਲ ਨਹੀਂ ਛਾਦੇ ਦੀ ਗੱਲ ਨਾ ਹੋਵੇ ਵਿਕਰਮ ਸਿੰਘ ਮਜੀਠੀਆ ਜੀ ਮੈਂ ਤਾਂ ਕਹਿੰਦਾ ਇਲੈਕਸ਼ਨ ਵੀ ਅੰਦਰ ਬਹਿ ਕੇ ਲੜਨਗੇ ਤੇ ਜਨਤਾ ਦਾ ਇੰਨਾ ਪਿਆਰ ਮਿਲੂਗਾ ਅੰਦਰ ਬੈਠੇ ਵੀ ਜਿੱਤਣਗੇ ਉਹ ਲੋਕ ਲੀਡਰ ਆ ਗਰਾਊਂਡ ਨਾਲ ਜੁੜੇ ਹੋਏ ਲੀਡਰ ਆ ਮਜੀਠੇ ਹਲਕੇ ਦੇ ਵਿੱਚ ਜਾ ਕੇ ਦੇਖੋ ਉਹਨਾਂ ਦੀ ਸ਼ਾਖ ਕੀ ਆ ਵੀ ਉੱਥੇ ਦੇ ਲੋਕ ਉਹਨੂੰ ਕਿੱਦਾਂ ਪਿਆਰ ਕਰਦੇ ਆ ਇਹ ਅੱਜ ਨਹੀਂ 2017 ਦੇ ਵਿੱਚ ਵੀ ਕਾਲੀ ਦਲ ਦੇ ਬਹੁਤ ਉਲਟ ਪੱਖ ਚ ਹਵਾ ਬਗੀ ਸੀ ਪਰ ਉਹ ਸੀਟ ਨਵਜੋ ਸਿੰਘ ਸਿੱਧੂ ਵੀ ਸਾਰੇ ਥਾਵਾਂ ਤੋਂ ਹਰ ਕੇ ਆਇਆ ਸੀ ਤਾਂ ਕਿ ਕਹਿੰਦਾ ਸੀ ਵੀ ਚੰਮ ਦੀਆਂ ਜੁੱਤੀਆਂ ਸਮਾ ਲਈ ਮਜੀਠੀਆ ਸਾਹਿਬ ਨੂੰ ਕਹਿੰਦਾ ਸੀ ਅੱਜ ਉਹ ਬੰਦੇ ਇੰਨੀ ਪੋਲਿਟਿਕਸ ਦੇ ਵਿੱਚ ਗਿਰ ਜਾਣਗੇ ਵੀ ਐਦਾਂ ਦਾ ਆਪਾਂ ਕਿਸੇ ਨੂੰ ਬਲੇਮ ਕਰਨ ਲੱਗੇ 100 ਵਾਰ ਸੋਚਦੇ ਆ ਵੀ ਕਿਸੇ ਤੇ ਤੁਸੀਂ ਬਲੇਮ ਲਾਉਣ ਲੱਗੇ ਉਹਨਾਂ ਦੀ ਗਾਂ ਲਾਈਫ ਉਹਨਾਂ ਦੇ ਗਾਂ ਬੱਚਿਆਂ ਬਾਰੇ ਪਰ ਇਹ ਇੰਨੀ ਗੰਦੀ ਰਾਜਨੀਤੀ ਦੇ ਉੱਤਰ ਆਇਆ ਇਹਨਾਂ ਦਾ ਖਮਿਆਜਾ ਇਹਨਾਂ ਸਾਰੇ ਕਾਂਗਸੀਆਂ ਨੂੰ ਭੁਗਤਣਾ ਪੈਣਾ ਸ਼੍ਰੋਮਣੀ ਅਕਾਲੀ ਦਲ ਅੰਦਰ ਵਿਚਾਰ ਕਰ ਰਿਹਾ ਕਿ ਸਹਿਯੋਗ ਕਰੋ ਕਿ ਜੇਕਰ ਕੋਈ ਆ ਜੇਕਰ ਜੁਡੀਸ਼ੀਅਲ ਤੇ ਆਪਾਂ ਸਾਰੇ ਜੁਡੀਸ਼ੀਅਲ ਨੂੰ ਆਪਾਂ ਕਹਿੰਨੇ ਆ ਕਿ ਉੱਥੋਂ ਇਨਸਾਫ ਦੀ ਗੋਹਾਰ ਲਗਾਉਂਦੇ ਆ ਜੇਕਰ ਜੁਡੀਸ਼ੀਅਲ ਤੇ ਤੁਹਾਨੂੰ ਭਰੋਸਾ ਹੈਗਾ ਤਾਂ ਮਜੀਠੀਆ ਸਾਹਿਬ ਫਿਰ ਸਹਿਯੋਗ ਕਰਨਗੇ ਜੋ ਜਾਂਚ ਦੇ ਵਿੱਚ ਦੇਖੋ ਨਾ ਸ਼ੁਰੂ ਤੋਂ ਜਾਂਚ ਦੇ ਨਾਲ ਉਹਨਾਂ ਨੇ ਕੀਤਾ ਇਹ ਤਾਂ ਸਿਰਫ ਹੁਣ ਜਿੰਨਾ ਕੋਈ ਆਪਾਂ ਪੱਖ ਲੈਣਾ ਚਾਹੀਏ ਕਾਨੂੰਨੀ ਪੱਖਾ ਕਾਨੂੰਨੀ ਮਾਰਾਂ ਦੀ ਸਲਾਹ ਲੈਣੀ ਤਾਂ ਬਣਦੀ ਆ ਇੱਕ ਦੋ ਦਿਨਿਆਂ ਇੱਕ ਦੋ ਦਿਨਾਂ ਦੇ ਬਾਅਦ ਚ ਉਹਨਾਂ ਨੇ ਆਪੇ ਸਾਹਮਣੇ ਆ ਜਾਣਾ ਇਸ ਗੱਲ ਦੇ ਵਿੱਚ ਸਿਰਫ ਇਹ ਤਾਂ ਹੁਣ ਸਿਰਫ ਆਪਾਂ ਨੂੰ ਵੀ ਪਤਾ ਹਰ ਇੱਕ ਵਰਗ ਜਿਹੜਾ ਅਕਾਲੀ ਦਲ ਨਾਲ ਨਹੀਂ ਵੀ ਪਿਆਰ ਕਰਦਾ ਸੀ ਨਾ ਪਹਿਲਾਂ ਅਕਾਲੀ ਦਲ ਦੇ ਨਾਲ ਨਹੀਂ ਸੀ ਖੜਾ ਅੱਜ ਉਹ ਵੀ ਸਾਨੂੰ ਇਸ ਗੱਲ ਦੇ ਵਿੱਚ ਖੱਲਾਸ਼ੇਰੀ ਦੇਣ ਦਾ ਵੀ ਨਹੀਂ ਯਾਰ ਮਾੜਾ ਕਰ ਰਿਹਾ ਤੁਹਾਡੇ ਨਾਲ ਕੋਈ ਨਹੀਂ ਤੁਹਾਡੇ ਨਾਲ ਖੜੇ ਆ ਇਹਦੇ ਨਾਲ ਕਾਲੀਦਲ ਨੂੰ ਬਹੁਤ ਵੱਡਾ ਬੈਨੀਫਿਟ ਹੋ ਕੇ ਨਿਕਲੂਗਾ ਇਹਦੇ ਨਾਲ ਸਾਫ ਸੁਥਰੇ ਅਕਸ ਦੇ ਵਿੱਚ ਮਜੀਠੀਆ ਸਾਹਿਬ ਸ਼ੁਰੂ ਤੋਂ ਰਹਿਆ ਦੋ ਟਾਈਮ ਦੇ ਨਤਨੇਮੀ ਇਨਸਾਨ ਆ ਹੋ ਵੀ ਜਿੰਨਾ ਧਰਮਖਿਆਲੀ ਉਹ ਆ ਮੈਂ ਨਹੀਂ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਹੋਰ ਲੀਡਰ ਹੋ ਸਕਦਾ ਮੈਂ ਕਿਸੇ ਦੀ ਤੁਲਨਾ ਨਹੀਂ ਕਰਦਾ ਕਿਸੇ ਨਾਲ ਪਰ ਮੈਂ ਉਹਨਾਂ ਬਾਰੇ ਜਾਣਦਾ ਉਹਨਾਂ ਨੂੰ ਲਾਗ ਗਿਆ ਤੋਂ ਹੋ ਕੇ ਦੇਖਿਆ ਵੀ ਉਹ ਕਿਹੋ ਜੀ ਸ਼ਖਸੀਅਤ ਦੇ مالک ਆ ਐਮੀ ਭੰਡੀ ਪ੍ਰਚਾਰ ਤੇ ਜਿਹਦਾ ਮਰਜ਼ੀ ਕਰ ਲੋ ਤੇ ਸ਼ੁਰੂ ਤੋਂ ਪਹਿਲਾਂ ਤੋਂ ਬਿਆਦਬੀਆਂ ਵੀ ਕਾਲੀ ਦਲ ਦੀਆਂ ਇਹਨਾਂ ਨੇ ਕਿਹਾ ਸੀ ਬਕਾਲੀ ਦਲ ਨੇ ਬਿਆਦਬੀਆਂ ਕਰਾਤੀਆਂ ਫੇ ਹੌਲੀ ਹੌਲੀ ਕਹਿਣ ਲੱਪਿਆ ਨਹੀਂ ਬਿਆਦਬੀਆਂ ਦੇ ਕੇਸ ਦੇ ਉੱਤੇ ਕਾਰਵਾਈ ਨਹੀਂ ਕੀਤੀ ਇਹਨਾਂ ਦਾ ਇੱਕ ਭੰਡੀ ਪ੍ਰਚਾਰ ਦੀ ਇਹ ਜਿਹੜੀ ਇਹ ਰੂਪਰੇਖਾ ਹੈ ਇਹਨਾਂ ਦੀ ਬਹੁਤ ਹਲਕੇ ਪੱਧਰ ਦੀ ਆ ਵੀ ਜਿਹਦੇ ਵਿੱਚ ਨੌਜਵਾਨ ਵਰਗ ਖਾਸ ਕਰਕੇ ਸੁਚੇਤ ਹੋਇਆ ਇਹਨਾਂ ਤੋਂ ਇਹਨਾਂ ਦੇ ਜਿਹੜੇ ਝੂਠੇ ਲਾਰੇ ਤੂਫਾਨ ਜੋ ਇਹਨਾਂ ਨੇ ਝੂਠ ਤੂਫਾਨ ਪਹਿਲਾਂ 2017 ਚ ਬੋਲਿਆ ਅੱਜ ਵੀ ਇਹ ਉਹੀ ਡਰਾਉਣਾ ਚਾਹੁੰਦੇ ਆ ਪਰ ਲੋਕੀ ਸਮਝ ਚੁੱਕੇ ਆ ਇਹਦਾ ਮੂੰਹ ਤੋੜ ਜਵਾਬ ਦੇਣਗੇ। ਸ਼ੁਕਰੀਆ ਸਰ ਗੱਲਬਾਤ ਕਰਨ ਲਈ। 2018 STF ਦੀ ਰਿਪੋਰਟ ਦੇ ਦੇ ਤਹਿਤ ਜਿਹੜਾ ਮਾਮਲਾ ਹੈ ਉਹ ਦਰਜ ਕੀਤਾ ਗਿਆ ਹੈ। ਵੱਖ-ਵੱਖ ਤਰਾਹਾਂ ਲੱਗੀਆਂ ਨੇ 25 ਤਰਾ ਲੱਗੀ ਹੈ, 27 A ਲੱਗੀ ਹੈ, 29 ਲੱਗੀ ਹੈ। ਤਰਾਹਾਂ ਤਾਂ ਸਖਤ ਨੇ ਪਰ ਦੇਖਣਾ ਇਹ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਤੇ ਕੀ ਮੰਥਨ ਕਰ ਰਹੀ ਹੈ। ਲਗਾਤਾਰ ਪ੍ਰੈਸ ਕਾਨਫਰੰਸਾਂ ਵੀ ਹੋ ਰਹੀਆਂ ਨੇ, ਵੱਡੇ ਬਿਆਨ ਵੀ ਆ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਦੇ ਵਿੱਚ ਹੋਰ ਹਲਚਲ ਇਸ ਮਾਮਲੇ ਦੇ ਉੱਪਰ ਦੇਖੀ ਜਾ ਸਕਦੀ ਹੈ ਵੀਡੀਓ ਜਰਨਲਿਸਟ ਜਤਿੰਦਰ ਨਾਲ ਅਮਨ ਚੰਦ ਦੈਨਿਕ ਸਵੇਰਾ ਟੀਵੀ ਜਿਲੰਧਰ ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ ਰੋਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਪਰੇਸ਼ਾਨੀ ਜਿਵੇਂ ਲਵ ਮੈਰਿਜ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਬੁਰੇ ਸੁਪਨੇ ਵਿਦੇਸ਼ ਯਾਤਰਾ ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ ਬਿਮਾਰੀ ਚ ਦਵਾ ਨਾ ਲੱਗਣਾ ਵਸ਼ੀਕਰਨ ਇੱਕ ਸੱਚਾਈ ਹੈ ਵਸ਼ੀਕਰਨ ਕਰਵਾਓ ਮਨ ਚਾਹਾ ਪਿਆਰ ਪਾਓ ਕੀ ਤੁਹਾਡੀ ਕਿਸਮਤ ਚ ਲਾਟਰੀ ਦਾ ਯੋਗ ਹੈ ਜਾਂ ਨਹੀਂ ਸੱਚਾਈ ਜਾਨੋ ਲਾਟਰੀ ਨੰਬਰ ਪਾਓ ਭਾਵੇਂ 649 ਜਾ ਹੋਵੇ ਜਾਂ ਲੋਟੋ ਮੈਕਸ 11 ਕੈਂਟੇਜ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ ਜੇ ਕਹਿਣੇ ਤੋਂ ਬਾਅਦ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ

ਹੁਣੇ ਕਾਲ ਕਰੋ ਬਾਬਾ सलीम ਖਾਨ 9819937460